ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿੱਚ ਕੰਮ ਕਰਦੇ ਮਾਸਟਰ ਮੋਟੀਵੇਟਰ ਅਤੇ ਮੋਟੀਵੇਟਰ ਯੂਨੀਅਨ ਵੱਲੋਂ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਮਲੇਰਕੋਟਲਾ ਦੇ ਪਿੰਡ ਰਟੌਲਾਂ ਵਿਖੇ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਰੋਸ ਜ਼ਾਹਰ ਕੀਤਾ ਗਿਆ। ਇਸ ਮੌਕੇ ਮਾਸਟਰ ਮੋਟੀਵੇਟਰ ਅਤੇ ਮੋਟੀਵੇਟਰ ਯੂਨੀਅਨ ਦੇ ਮੈਂਬਰਾਂ ਵੱਲੋਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਕੱਲ੍ਹ ਮਹਿਕਮੇ ਦੀ ਮੰਤਰੀ ਰਜ਼ੀਆ ਸੁਲਤਾਨਾ ਵੱਲੋਂ ਉਹਨਾਂ ਨੂੰ ਮਿਲਣ ਦਾ ਸਮਾਂ ਦਿੱਤਾ ਗਿਆ ਸੀ, ਪਰੰਤੂ ਵਰਕਰ ਉਹਨਾਂ ਦੇ ਭਰੋਸੇ ਤੋਂ ਸੰਤੁਸ਼ਟ ਨਹੀਂ ਸਨ, ਜਿਸ ਕਾਰਨ ਅੱਜ ਉਹਨਾਂ ਨੂੰ ਇਹ ਕਦਮ ਚੁੱਕਣਾ ਪਿਆ। ਉਹਨਾਂ ਆਖਿਆ ਕਿ ਉਸ ਸਮੇਂ ਤੱਕ ਆਪਣਾ ਮੁਜ਼ਾਹਰਾ ਜਾਰੀ ਰੱਖਣਗੇ ਜਦੋਂ ਤੱਕ ਉਹਨਾਂ ਨੂੰ ਮਹਿਕਮੇ ਵੱਲੋਂ ਪੱਕਾ ਕਰਨ ਦਾ ਲਿਖਤੀ ਭਰੋਸਾ ਨਹੀਂ ਦਿਵਾਇਆ ਜਾਂਦਾ। ਇਸ ਮੌਕੇ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਦਾ ਪੂਰਾ ਪ੍ਰਬੰਧ ਕੀਤਾ ਗਿਆ ਅਤੇ ਮੌਕੇ 'ਤੇ ਫਾਇਰ ਬ੍ਰਿਗੇਡ ਦੀ ਗੱਡੀ ਅਤੇ ਕਈ ਐਂਬੂਲੈਂਸਾਂ ਵੀ ਮੌਜੂਦ ਸਨ। ਆਜ਼ਾਦ ਟੀਵੀ ਨਿਊਜ਼ ਦੇ ਲਈ ਮਲੇਰਕੋਟਲਾ ਤੋਂ ਮੁਹੰਮਦ ਕਾਜ਼ਮ ਦੇ ਨਾਲ ਸ਼ਾਹਿਦ ਜ਼ੁਬੈਰੀ ਦੀ ਰਿਪੋਰਟ। ਅਸੀਂ ਮਾਸਟਰ ਮੋਟੀਵੇਟਰ ਔਰ ਮੋਟੀਵੇਟਰ ਵਰਕਰ ਯੂਨੀਅਨ ਦੇ ਸਾਰੇ ਸਾਥੀ ਇੱਥੇ ਇਕੱਠੇ ਹੋਏ ਹਾਂ। ਕੱਲ੍ਹ ਤੋਂ ਸਾਡਾ ਜਿਹੜਾ ਹੈਜੀਟੇਸ਼ਨ ਚੱਲ ਰਹੀ ਹੈ, ਅਸੀਂ ਕਿਉਂ ਹੈਜੀਟੇਸ਼ਨ ਕੀਤੀ ਆ ਇਹਦੇ ਲਈ ਮੈਂ ਤੁਹਾਨੂੰ ਦੱਸ ਦਿੰਦਾ, ਕਿਉਂਕਿ ਅਸੀਂ 2015 ਤੋਂ ਵਾਟਰ ਸਪਲਾਈ ਸੈਨੀਟੇਸ਼ਨ ਵਿਭਾਗ ਦੇ ਵਿੱਚ ਐਜ ਪਰ ਮਾਸਟਰ ਮੋਟੀਵੇਟਰ ਔਰ ਮੋਟੀਵੇਟਰ ਵਰਕਰ ਕੰਮ ਕਰ ਰਹੇ ਹਾਂ, ਜੋ ਸਾਨੂੰ 6 ਮਹੀਨਿਆਂ ਵਾਸਤੇ ਰੱਖਿਆ ਸੀ ਸਰਕਾਰ ਨੇ ਪਹਿਲਾਂ, ਔਰ ਸਾਨੂੰ 6 ਮਹੀਨਿਆਂ ਬਾਅਦ ਸਾਨੂੰ ਇਹਨਾਂ ਨੇ ਕਿਹਾ ਸੀ ਤੁਹਾਨੂੰ 6 ਮਹੀਨੇ ਵਾਸਤੇ ਰੱਖ ਕੇ ਇਸ ਤੋਂ ਬਾਅਦ ਨਹੀਂ ਅਸੀਂ ਰੱਖਾਂਗੇ, ਪਰ ਅਸੀਂ 4 ਸਾਲ ਤੋਂ ਲਗਾਤਾਰ ਕੰਮ ਕਰ ਰਹੇ ਹਾਂ, ਸਾਨੂੰ ਕੋਈ ਤਨਖਾਹ ਨਹੀਂ ਦਿੱਤੀ ਜਾ ਰਹੀ। ਅਸੀਂ ਸਰਕਾਰ ਤੋਂ ਮੰਗ ਕਰਦੇ ਸੀਗੇ ਵੀ ਸਾਨੂੰ ਮਹਿਕਮੇ 'ਚ ਮਰਜ ਕਰੋ। ਨਾਲ ਕੋਈ ਤੁਹਾਡੀ ਮੈਡਮ ਨਾਲ ਹੀ ਮੀਟਿੰਗ ਹੋਈ ਹੈ? ਮੈਡਮ ਨਾਲ ਸਾਡੇ 5 ਮਿੰਟ ਵਾਸਤੇ ਮੈਡਮ ਸਾਨੂੰ ਬੁਲਾਇਆ ਸੀ ਉਹਨਾਂ ਨੇ, ਕਿਉਂਕਿ ਅਸੀਂ ਉਹਨਾਂ ਦੀ ਕੋਠੀ ਦਾ ਘਿਰਾਓ ਕੀਤਾ ਸੀ। ਉਹ ਕਹਿੰਦੇ ਸੀ ਵੀ ਤੁਹਾਨੂੰ ਅਸੀਂ 12 ਤਰੀਕ ਨੂੰ ਜਾਂ 13 ਤਰੀਕ ਨੂੰ ਤੁਹਾਨੂੰ ਬੁਲਾਵਾਂਗੇ, ਤੁਹਾਡੇ ਨਾਲ ਗੱਲਬਾਤ ਕਰਾਂਗੇ। ਗੱਲਬਾਤ ਤੋਂ ਇਸ ਤੋਂ ਪਹਿਲਾਂ ਵੀ ਅਸੀਂ ਮੈਡਮ ਨਾਲ ਕਰ ਚੁੱਕੇ ਹਾਂ ਗੱਲ, ਉਸ ਤੋਂ ਪਹਿਲਾਂ ਸਾਡੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਸੀ ਮੰਤਰੀ, ਉਹ ਸਾਡੇ ਪੈਨਲ ਮੀਟਿੰਗ ਕਰਕੇ ਸਾਡਾ ਮਤਾ ਪਾਸ ਕਰ ਚੁੱਕੇ ਮੀਟਿੰਗ ਦੇ ਵਿੱਚ, ਡਿਪਾਰਟਮੈਂਟ ਨੂੰ ਦਿੱਤਾ ਸੀ ਉਹਨਾਂ ਨੇ, ਪਰ ਡਿਪਾਰਟਮੈਂਟ ਨੇ ਉਹ ਗੱਲ ਨੂੰ ਇਗਨੋਰ ਕਰਤਾ। ਉਹ 1 ਸਾਲ ਬੀਤ ਗਿਆ, 15 ਫਰਵਰੀ 2018 ਦੇ ਵਿੱਚ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨਾਲ ਪੈਨਲ ਮੀਟਿੰਗ ਹੋਈ ਸੀ, ਉਹ ਉਹਨਾਂ ਨੇ ਉਸ ਪੈਨਲ ਮੀਟਿੰਗ ਨੂੰ ਖਾਰਜ ਕਰ ਦਿੱਤਾ ਡਿਪਾਰਟਮੈਂਟ। ਅਸੀਂ ਉਹ ਚੀਜ਼ ਹਾਰਜ ਹੁਣ ਨਹੀਂ ਦੁਬਾਰਾ ਖਾਰਜ ਕਰਨ ਦੇ ਵਾਂਗੇ। ਹੁਣ ਕਿਹੜੀ ਮੰਗਾਂ ਚੱਲੀਆਂ? ਅਸੀਂ ਹੁਣ ਇੱਕੋ ਮੰਗ ਲੈ ਕੇ ਚੱਲੇ ਹਾਂ ਕਿ ਜਿੰਨੇ ਵੀ ਸਾਡੇ ਮਾਸਟਰ ਮੋਟੀਵੇਟਰ ਅਤੇ ਮੋਟੀਵੇਟਰ ਵਰਕਰ ਹੈ, 581 ਸਾਡੇ ਜਿੰਨੇ ਵਰਕਰ ਹੈ, ਉਹਨਾਂ ਨੂੰ ਮਹਿਕਮੇ ਦੇ ਵਿੱਚ ਮਰਜ ਕਰਕੇ ਅਤੇ ਰੈਗੂਲਰ ਤਨਖਾਹ ਦੇ ਬੇਸ ਲਾਗੂ ਕੀਤਾ ਜਾਵੇ, ਕਿਸੇ ਨਾ ਕਿਸੇ ਕੈਟਾਗਰੀ ਦੇ ਵਿੱਚ ਸਾਨੂੰ ਸ਼ਾਮਿਲ। ਇਹ ਜਿੰਨੇ ਵੀ ਸਾਡੇ ਉੱਪਰ ਵਰਕਰ ਬੈਠੇ ਨੇ ਔਰ ਹੋਰ ਵੀ ਲਾਗੇ ਛਾਗੇ ਜਿੰਨੀਆਂ ਵੀ ਟੈਂਕੀਆਂ 'ਤੇ ਸਾਡੇ ਵਰਕਰ ਚੜ੍ਹਨਗੇ, ਉਹ ਤਦ ਤੱਕ ਨਹੀਂ ਸਾਡੇ ਵਰਕਰ ਥੱਲੇ ਆਉਣਗੇ ਜਦ ਤੱਕ 12 ਤਰੀਕ ਨੂੰ ਜੋ ਮੈਡਮ ਨੇ ਸਾਨੂੰ ਟਾਈਮ ਦਿੱਤਾ ਹੈ ਉਹਦੇ ਵਿੱਚ ਸਾਡਾ ਮਹਿਕਮੇ ਵਿੱਚ ਮਰਜ ਕਰਕੇ ਸਾਨੂੰ ਨੋਟਿਸ ਸਾਨੂੰ ਲੈਟਰ ਜਾਂ ਨੋਟੀਫਿਕੇਸ਼ਨ ਜਾਰੀ। ਸਰਕਾਰ ਪ੍ਰਸ਼ਾਸਨ ਵੱਲੋਂ ਕੀ ਮਤਲਬ ਪ੍ਰਬੰਧ ਨੇ ਜੀ? ਇਹ ਵਾਟਰ ਸਪਲਾਈ ਵਾਲੇ ਸੈਨੀਟਰੀ ਡਿਪਾਰਟਮੈਂਟ ਵਾਲੇ ਆ 581 ਮੁਲਾਜ਼ਮ, ਇਹ ਗੱਲ ਜਿਹੜੇ ਆਪਣੇ ਕੈਬਨਿਟ ਮੰਤਰੀ ਆ ਮੈਡਮ ਰਜ਼ੀਆ ਸੁਲਤਾਨਾ ਉਹਨਾਂ ਦੇ ਕੋਠੀ ਦਾ ਵੀ ਇਹਨਾਂ ਨੇ ਘਿਰਾਓ ਕੀਤਾ ਸੀਗਾ ਪਟਵਾ ਪਿੰਡ, ਅਤੇ ਉੱਥੇ ਵੀ ਉਹਨਾਂ ਨਾਲ ਗੱਲਬਾਤ ਕਰਾ ਕੇ ਇਹਨਾਂ ਦਾ ਕੱਲ੍ਹ ਪੀਸਫੁਲੀ 12 ਤਰੀਕ ਡੇਟ ਦਵਾਤੀ ਸੀ ਇਹਨਾਂ ਨੂੰ ਚੰਡੀਗੜ੍ਹ ਦੀ, ਅਤੇ ਪਰ ਫਿਰ ਇਹਨਾਂ ਨੂੰ ਕੋਈ ਤਸੱਲੀ ਨਹੀਂ ਹੋਈ, ਜਿਹਦੇ ਕਰਕੇ ਇਹ ਕੁਛ ਮੁਲਾਜ਼ਮ ਇਹਨਾਂ ਦੇ ਰਟੌਲਾ ਪਿੰਡ ਟੈਂਕੀ 'ਤੇ ਮਤਲਬ ਚੜ੍ਹ ਗਏ, ਅਤੇ ਹੁਣ ਇਹਨਾਂ ਦੇ ਪ੍ਰਧਾਨ ਹੈ ਜਿਹੜੇ ਸੂਬਾ ਪ੍ਰਧਾਨ ਹੈ ਜਾਂ ਕਮੇਟੀ ਵਾਲੇ ਮੈਂਬਰ ਹੈ ਉਹਨਾਂ ਨਾਲ ਗੱਲਬਾਤ ਕੀਤੀ ਹੈ, ਅਤੇ ਉਹਨਾਂ ਨਾਲ ਗੱਲਬਾਤ ਕਰਕੇ ਸੀਨੀਅਰ ਅਫਸਰਾਂ ਨਾਲ ਗੱਲਬਾਤ ਕਰ ਰਹੇ ਹਾਂ, ਇਹਨਾਂ ਦਾ ਕੋਈ ਨਾ ਕੋਈ ਜੋ ਵੀ ਹੱਲ ਤਾਂ ਦੇਖੋ ਉਪਰਾਲਿਆਂ ਨੇ ਕਰਨਾ ਜੀ, ਅਤੇ ਕਹਿੰਦੇ ਵੀ ਸਾਨੂੰ ਕੋਈ ਰਿਟਰਨ 'ਚ ਦੇ ਦਿਓ ਅਤੇ ਅਸੀਂ ਮਤਲਬ ਫਿਲਹਾਲ ਟਾਈਮ ਰਿਟਰਨ 'ਚ ਦੇ ਦਿਓ, ਉਹ ਅਸੀਂ ਗੱਲਬਾਤ ਕਰ ਲਈ ਸੀਨੀਅਰ ਅਫਸਰਾਂ ਨਾਲ ਗੱਲਬਾਤ। ਉਮੀਦ ਕੀਤੀ ਜਾ ਸਕਦੀ ਕਿ ਨੀਅਰ ਫਿਊਚਰ ਮਤਲਬ ਹੁਣੇ ਕੁਝ ਘੰਟਿਆਂ ਦੇ ਵਿੱਚ ਹੋ ਜੂਗਾ ਇਹਦਾ ਹੱਲ? ਹਾਂਜੀ ਕਰਾਵਾਂਗੇ ਜੀ। ਥੈਂਕ ਯੂ।